कोरोना ਦਾ ਕਹਿਰ ਮੁੜ ਤੋਂ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਕਰਫੂ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਪੰਜਾਬ ਦੇ ਵਿੱਚ ਨਾਈਟ ਕਰਫੂ ਦਾ ਐਲਾਨ ਕਰ ਦਿੱਤਾ ਹੈ 15 ਜਨਵਰੀ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦੁਬਾਰਤੋਂ ਪੰਜਾਬ ਦੇ ਵਿੱਚ ਕਰੋਨਾ ਨੇ ਆਪਣੇ ਕਹਿਰ ਪਸਾਰਨੇ ਸ਼ੁਰੂ ਕਰ ਦਿੱਤੇ ਹੈ ਪਟਿਆਲੇ ਦੇ ਇੱਕ ਕੋਲੇਜ ਦੇ ਵਿੱਚੋਂ 100 ਤੋਂ ਵੱਧ ਕੇਸ ਰਾਤ ਪੋਸ਼ਟੀ ਬਾਈ ਨੇ ਇਸ ਦੇ ਕਾਰਨ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੱਤਾ ਹੈ ਪੰਜਾਬ ਦੇ ਵਿੱਚ ਮੁੜ ਤੋਂ ਨਾਈਟ ਕਰਫਿਊ ਤੇ ਬਹੁਤ ਸਾਰੀਆਂ ਹੋਰ ਵੀ ਹਦਾਇਤਾਂ ਦੇ ਨਾਲ ਤੁਹਾਨੂੰ ਦੱਸ ਰਹੇ ਹਾਂ ਸਕੂਲ ਕੋਲੇਜ ਯੂਨੀਵਰਸਿਟੀਆਂ ਸਭ ਬੰਦ ਕਰ ਦਿੱਤੀਆਂ ਗਈਆਂ ਨੇ ਸਕੂਲ ਕੋਲੇਜ ਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦੇ ਐਲਾਨ ਕਰ ਦਿੱਤੇ ਗਏ ਨੇ ਪੰਜਾਬ ਦੇ ਵਿੱਚ ਏਸੀ ਬਸਾਂ ਦੇ ਵਿੱਚ 50% ਕੰਪੈਸਿਟੀ ਅਤੇ 마ਸਕ ਲਗਾਉਣ ਦਾ ਬਹੁਤ ਜ਼ਰੂਰੀ ਕਰ ਦਿੱਤਾ ਹੈ। ਅਗਰ 마ਸਕ ਨਹੀਂ ਲਗਾਇਆ ਹੋਏਗਾ ਤਾਂ ਪਹਿਲਾਂ ਦੀ ਤਰ੍ਹਾਂ ਚਲਾਣ ਵੀ ਕੱਟੇ ਜਾਣਗੇ ਅਤੇ ਨੋ 마ਸਕ ਨੋ ਸਰਵਿਸ ਦੀ ਗੱਲ ਕੀਤੀ ਗਈ ਹੈ। ਨਾ ਦੁਕਾਨ ਦੇ ਵਿੱਚ ਐਂਟਰੀ ਮਿਲੇਗੀ, ਨਾ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਐਂਟਰੀ ਮਿਲੇਗੀ। ਕੋਈ ਵੀ ਸਰਵਿਸ ਅਗਰ 마ਸਕ ਨਹੀਂ ਲਗਾਇਆ ਹੋਏਗਾ ਤਾਂ ਨਹੀਂ ਦਿੱਤੀ ਜਾਏਗੀ। ਬਹੁਤ achhi tarah naal hidayatan jaari kitiyan ne। ਇਸ ਤੋਂ ਇਲਾਵਾ ਸਿਨੇਮਾ ਹਾਲ, ਸ਼ੋਪਿੰਗ ਮਾਲ, ਸਵੀਮਿੰਗ ਪੂਲ ਅਤੇ ਜਿਮ ਇੱਕ ਵਾਰੀ ਫੇਰ ਤੋਂ ਬੰਦ ਕਰ ਦਿੱਤੇ ਗਏ ਨੇ ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਸਾਰਾ ਕਹਿਰ ਦੇ ਨਾਲ ਇਹ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਤਾਂ ਦੁਬਾਰਾ ਫੇਰ Omicron ਦਾ ਜਿਸ ਤਰ੍ਹਾਂ ਹਮਲਾ ਪੰਜਾਬ ਦੇ ਉੱਪਰ ਵੱਧ ਰਿਹਾ ਹੈ ਭਾਰਤ ਦੇ ਵਿੱਚ ਬਹੁਤ ਸਾਰੇ ਕੇਸ ਵੱਧ ਰਹੇ ਨੇ ਪਟਿਆਲੇ ਦੇ ਵਿੱਚ ਲਗਾਤਾਰ 100 ਕੇਸ ਆਣ ਤੋਂ ਬਾਅਦ ਇਹ ਫੈਸਲੇ ਲਏ ਗਏ ਨੇ ਜਿਮ ਵੀ ਬੰਦ ਕਰ ਦਿੱਤੇ ਗਏ ਨੇ সুইমিং ਪੂਲ ਬੰਦ ਕਰ ਦਿੱਤੇ ਗਏ ਨੇ ਸ਼ੋਪਿੰਗ ਮਾਲ 50% ਕੰਪੈਸਿਟੀ ਨਾਲ ਖੁੱਲਣਗੇ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਵੀ ਸਕੂਲ ਕਾਲਜ ਸਭ ਬੰਦ ਕਰ ਦਿੱਤੇ ਗਏ ਨੇ ਤੇ 15 ਜਨਵਰੀ ਤੱਕ ਇਹ ਹਦਾਇਤਾਂ ਜਾਰੀ ਨੇ ਹੋ ਸਕਦਾ ਅਗਰ ਕੇਸ ਵਧਨ ਤਾਂ ਹੋਰ ਵੀ ਜ਼ਿਆਦਾ ਇਸ ਤੋਂ ਜ਼ਿਆਦਾ ਸਖਤੀ ਕੀਤੀ ਜਾਵੇ ਹੁਣ ਨਾਈਟ ਕਰਫਿਊ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਸਾਰੀਆਂ ਜਿੰਨੀਆਂ ਵੀ ਗੈਰ ਜ਼ਰੂਰੀ ਚੀਜ਼ਾਂ ਨੇ ਉਹ ਸਭ ਬੰਦ ਕਰਤੀਆਂ ਜਾਂ ਸਿਰਫ ਮੈਡੀਕਲ ਸਵਾਵਾ ਅਤੇ ਜ਼ਰੂਰੀ ਚੀਜ਼ਾਂ ਜਿਸ ਦੇ ਵਿੱਚ ਇਨਸੈਂਸ਼ੀਅਲ ਸਰਵਿਸਿਜ਼ ਨੂੰ ਕਿਹਾ ਜਾਂਦਾ ਸਿਰਫ ਉਹੀ ਖੁੱਲੀਆਂ ਰਹਿਣਗੀਆਂ ਬਾਕੀ ਸਭ ਕੁਝ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ ਘਰ ਤੋਂ ਬਾਹਰ ਨਹੀਂ ਨਿਕਲ ਸਕੋਗੇ ਸਵੇਰੇ 5 ਵਜੇ ਤੱਕ ਹੁਣ ਨਾਈਟ ਕਰਫਿਊ ਜਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਉਹ ਫੇਰ ਤੋਂ ਸ਼ੁਰੂ ਕਰਤਾ ਹੈ 2022 ਚੜਦੇ ਹੀ ਕਰੋਨਾ ਨੇ ਆਪਣਾ ਕਹਿਰ ਦਿਖਾਣਾ ਸ਼ੁਰੂ ਕਰਤਾ ਹੈ ਓਮੀਕਰੋਨ ਜੋ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਲਗਾਤਾਰ ਕੇਸਾਂ ਦੀ ਵਡੋਤਰੀ ਹੋਈ ਜਾ ਰਹੀ ਹੈ ਪਟਿਆਲੇ ਦੇ ਵਿੱਚ ਇਕੱਠੇ 100 ਕੇਸ ਇੱਕ ਕਾਲਜ ਦੇ ਵਿੱਚੋਂ ਮਿਲਣ ਤੋਂ ਬਾਅਦ ਵੱਡੇ ਫੈਸਲੇ ਪੰਜਾਬ ਸਰਕਾਰ ਨੇ ਲੱਤੇ ਨੇ 마스크 ਤੋਂ ਬਿਨਾਂ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਸਕੂਲ ਤੇ ਕੋਲੇਜ ਬੰਦ ਕਰਨ ਦੇ ਹਦਾਇਤ ਕਰ ਦਿੱਤੇ ਗਏ ਨੇ ਕੱਲ ਜਾਂ ਪਰਸ ਤੋਂ ਸਾਰੇ ਸਕੂਲਾਂ ਨੂੰ ਨੋਟੀਫਿਕੇਸ਼ਨ ਅੱਜ ਹੀ ਭੇਜਤਾ ਜਾਏਗਾ ਬੰਦ ਹੋ ਜਾਣਗੇ ਹੁਣ ਆਨਲਾਈਨ ਕਲਾਸਾਂ ਦਾ ਪ੍ਰੋਵੀਜ਼ਨ ਦਿੱਤਾ ਗਿਆ ਸਿਰਫ ਆਨਲਾਈਨ ਕਲਾਸਾਂ ਹੀ ਘਰ ਬੈਠ ਕੇ ਲਗਾ ਸਕਦੇ ਹੋ ਪੰਜਾਬ ਦੇ ਵਿੱਚ ਇਕੱਠਾਂ ਤੇ ਰੋਗ ਲਗਾ ਦਿੱਤੀ ਜਿਸ ਤਰ੍ਹਾਂ ਰੈਲੀਆਂ ਦੇ ਵਿੱਚ ਦੇਖਿਆ ਸੀ ਕਿਸੇ ਤਰ੍ਹਾਂ ਦੇ ਕੋਈ 마스크 ਨਹੀਂ ਲਗਾਏ ਜਾ ਰਹੇ ਸੀ ਹੁਣ ਉਹਨਾਂ ਦੇ ਉੱਪਰ ਵੀ ਸਖਤੀ ਵਧੇਗੀ 마스크 ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਨਿਕਲ ਸਕੋਗੇ ਇਸੀ ਬੱਸਾਂ 50% ਕਪੈਸਿਟੀ ਦੇ ਨਾਲ ਹੀ ਚੱਲਣਗੀਆਂ ਇਸ ਤੋਂ ਇਲਾਵਾ ਜੀ ਮੈਂ ਤੁਹਾਨੂੰ ਦੱਸਿਆ ਸ਼ੋਪਿੰਗ ਮਾਲ 50% ਕਪੈਸਿਟੀ ਦੇ ਨਾਲ ਸ੍ਰੀ ਮਾਹੌਲ ਸਵਿਮਿੰਗ ਪੂਲ ਸਪੋਰਟਸ ਕੰਪਲੈਕਸ ਜਿਮ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਗਏ ਨੇ ਜੀ ਹਾਂ ਹੁਣ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ 15 ਜਨਵਰੀ ਤੱਕ ਇਹ ਜਿਹੜੀਆਂ ਹਦਾਇਤਾਂ ਨੇ ਰਹਿਣਗੀਆਂ ਅਗਲੀਆਂ ਹਦਾਇਤਾਂ ਆਉਣ ਤੱਕ ਸਾਡੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਡਿਜੀਟਲ ਪੰਜਾਬ